सतगुर बंदे दे सरोवर तीर थूनी पाई कबील हीरा बन जया कबीर हीरा बन जया मान सरोवर कबीर थूनी पाई थित भई जान को मुश्किल आत बने ढोई कोई ने लागू होए दुश्मना साक विवाद खले सब भजे आसरा थूनी पाए सब भजे आसरा चूके सब असरा थूनी पाए आरजी निमाने आ तू मान नचीज अचीज करे मेरा गोविंद ऐसी लाल ऐसी लाल तुझ बिन कवन करे तुझ बिन कवन करे गरीब नवाज गुसैया मेरा गरीब नवाज गुसैया मेरा माथे छतर धरे जोंकी छोट जगत को लागे ताव पर तू ही धरे नीचो ऊंच करे मेरा गोविंद ये कहो है दुबला नंग भुख की पी गमला पल्ले ना पवे दमड़ा पल्ले ना पवे ना को देवे धीर जिस मनुख दे पल्ले दमड़ा ना होगे ऐसा गरीब मनुख गरीबी विच डावन डोल भटकदा उन्हें कोई सहारा भी नहीं दिंदा उन्हें कौन थित टिकाना दे ख्याल करियो बाबा कबीर जी दा लड़ी चुन चलेगा अगला श्लोक 161 नंबर दा श्लोक जिस विच बड़ा एक गंभीर सवाल खड़ा कीता गया जीवन सहारे दी लोड़ हुंदी है ते अज दा मनुख तां दौलत नू अमीरी नू अपना वड्डा सहारा बनाई बैठा है गुरु कहिंदे ने जे भला किसे कोल दौलत ना हो उन्दे कोल की सहारा है डावा डोल हो जांदा भटकदे उन्नू भी थित दी टिकाने दी सहारे दी लोड़ है ते बाबा कबीर कहंदे ने ऐसे मनुख नू कोई सहारा दे दे थूनी दे दे थूनी दा अखरी अर्थ है थम्मी सहारा
ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ, ਉਹਦੇ ਵਿੱਚ ਵੀ ਥੋਮੀ ਲਫ਼ਜ਼ ਤੰਮੀ ਲਈ ਵਰਤਿਆ ਸਪਸ਼ਟ ਲਫ਼ਜ਼। ਕਹਿੰਦੇ ਨੇ ਦੁਚਿੱਤੇ ਕੀ ਦੋਏ ਥੂਮ ਗਿਰਾਨੀ, ਇੱਥੇ ਵੀ ਲਫ਼ਜ਼ ਥੂਮ ਦਾ ਅਰਥ ਹੁੰਦਾ ਥੰਮੀ ਸਹਾਰਾ, ਜਿਹਦੇ ਨਾਲ ਮਨੁੱਖ ਨੂੰ ਟਿਕਾਓ ਮਿਲਦਾ। ਬਾਬਾ ਕਬੀਰ ਕਹਿੰਦੇ ਨੇ ਕਬੀਰ ਥੂਮੀ ਪਾਈ ਕਿਸੇ ਬੇਸਹਾਰਾ ਮਨੁੱਖ ਨੂੰ ਕੋਈ ਸਹਾਰਾ ਦੇ ਦੇ। ਸਤਿਗੁਰੂ ਨੇ ਰਹਿਮਤ ਕੀਤੀ, ਤਰਸ ਕੀਤਾ, ਉਹਨੇ ਆਖਿਆ ਇਹ ਬੇਸਹਾਰਾ ਫਿਰਦਾ ਹੈ, ਗਰੀਬ ਹੈ। ਹੁਣ ਇੱਕ ਖਿਆਲ ਕਰਨਾ, ਗਰੀਬੀ ਕੋਈ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਕੋਈ ਜ਼ਰੂਰੀ ਨਹੀਂ ਕਿ ਜਿਹਦੇ ਕੋਲ ਦੌਲਤ ਨਹੀਂ, ਚਾਰ ਪੈਸੇ ਨਹੀਂ, ਲੋਕ ਤਾਂ ਉਸੇ ਨੂੰ ਗਰੀਬ ਸਮਝਦੇ। ਪਰ ਇੱਕ ਖਿਆਲ ਕਰੋ, ਗਰੀਬੀ ਇੱਕ ਕਿਸਮ ਦੀ ਨਹੀਂ। ਗੁਰੂ ਨੇ ਬਾਣੀ ਵਿੱਚ ਵੱਖ ਵੱਖ ਕਿਸਮਾਂ ਫਰਮਾਈਆਂ ਨੇ ਤੇ ਕਹਿੰਦੇ ਨੇ ਰੂਪਹੀਨ ਇਹ ਵੀ ਗਰੀਬੀ, ਕਿਸੇ ਕੋਲ ਸੁੰਦਰਤਾ ਨਾ ਹੋਵੇ। ਰੂਪਹੀਨ ਬੁੱਧ ਬਲਹੀਨੀ, ਕਿਸੇ ਕੋਲ ਸਿਆਣਪ ਨਾ ਹੋਵੇ, ਕਿਉਂਕਿ ਸਿਆਣਾ ਮਨੁੱਖ ਹਰ ਥਾਂ ਤੇ ਮੇਲ ਮਿਲਾਪ ਪਿਆਰ ਮਾਣਦਾ ਹੈ। ਤੇ ਜਿਹਦੇ ਕੋਲ ਸਿਆਣਪ ਨਾ ਹੋਵੇ ਉਹਦੇ ਕੋਲੋਂ ਲੋਕ ਦੂਰੀ ਬਣਾਈ ਰੱਖਦੇ ਨੇ। ਬਲਕਿ ਕਹਾਵਤਾਂ ਬਣ ਗਈਆਂ ਕਿ ਮੂਰਖ ਮਿੱਤਰ ਨਾਲੋਂ ਦਨਾ ਦੁਸ਼ਮਣ ਚੰਗਾ। ਸਿਆਣਪ ਦਨਾਈ ਵੀ ਮਨੁੱਖ ਦੀ ਦੌਲਤ ਹੈ। ਗੁਰੂ ਨੇ ਇਸੇ ਲਈ ਆਖਿਆ ਰੂਪਹੀਨ ਬੁੱਧ ਬਲਹੀਨੀ, ਮੋਹ ਪ੍ਰਦਰਸ਼ਨ ਦੂਰ ਤੇ ਆਈ, ਕਹਿਣ ਲੱਗੇ ਨਾ ਹਨ ਦਰਬ ਨਾ ਜੋਗਨ ਮਾਤੀ। ਦਰਬ ਦੌਲਤ ਵੀ ਇੱਕ ਮਨੁੱਖ ਕੋਲ ਸ਼ਕਤੀ ਹੈ, ਅਮੀਰੀ ਹੈ, ਤੇ ਜੋਬਨ ਜਵਾਨੀ ਵੀ ਮਨੁੱਖ ਕੋਲ ਇੱਕ ਅਮੀਰੀ ਦਾ ਸਾਧਨ ਹੈ। ਮੈਂ ਅਨਾਥ ਕੀ ਜਿਹਦੇ ਕੋਲ ਜੋਬਨ ਨਾ ਹੋਵੇ, ਬਲਹੀਨ ਹੋਵੇ, ਬੁੱਧੀ ਨਾ ਹੋਵੇ, ਇਹ ਮਨੋ ਇੱਕ ਯਤੀਮ ਵਾਂਗੂ ਜੀਉਂਦਾ ਅਨਾਥ ਹੈ। ਗੁਰੂ ਕਹਿੰਦੇ ਐਸਾ ਮਨੁੱਖ ਭਟਕਦਾ ਹੈ। ਤੇ ਗਰੀਬੀ ਇੱਕ ਤਰ੍ਹਾਂ ਦੀ ਤੇ ਹੈ ਨਹੀਂ, ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਅਮੀਰ ਬਣਾਉਂਦੀਆਂ ਨੇ। ਜੇ ਭਲਾ ਇਹਨਾਂ ਵਿੱਚੋਂ ਕੋਈ ਚੀਜ਼ ਵੀ ਨਾ ਹੋਵੇ ਉਹਨੂੰ ਕੋਈ ਸਹਾਰਾ ਕਿਉਂ ਦੇਵੇ? ਨਿਰਧਨ ਹੈ। ਅਸਲ ਗਰੀਬ ਤਾਂ ਉਹ ਹੈ ਜਿਹਦੇ ਕੋਲ ਗੁਣ ਵੀ ਕੋਈ ਨਹੀਂ। ਇਹ ਨਹੀਂ ਵੀ ਦੌਲਤ ਨਹੀਂ ਤਾਂ ਗਰੀਬ ਹੈ, ਕਈ ਵਾਰੀ ਗੁਣਹੀਨ ਵੀ ਮਨੁੱਖ ਗਰੀਬ ਹੁੰਦਾ ਹੈ। ਬਲਕਿ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਨਾ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਚਿਤ ਨਾ ਧਰੇ। ਅੱਗੇ ਕਹਿੰਦੇ ਨੇ ਜੋ ਸਤਧਨ ਨਿਰਧਨ ਤੇ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕੇ ਜਾਏ, ਅੱਗੇ ਬੈਠਾ ਪੀਠ ਫਿਰਾਏ। ਗਰੀਬ ਹੈ, ਉਹਨੂੰ ਮੂੰਹ ਨਹੀਂ ਲਾ ਰਿਹਾ। ਪਰ ਇੱਕ ਖਿਆਲ ਕਰਿਓ, ਉਹ ਤਾਂ ਦੌਲਤ ਦਾ ਗਰੀਬ ਹੈ ਨਾ। ਉਹਦੀ ਗਰੀਬੀ ਕੋਈ ਵੀ ਹੋਵੇ ਬੜੀ ਨਾ ਮੁਰਾਦ ਹੈ। ਗਰੀਬ ਨੂੰ ਕੋਈ ਸਹਾਰਾ ਨਹੀਂ ਦਿੰਦਾ। ਕਿਸੇ ਸ਼ਾਇਰ ਨੇ ਵੀ ਇੱਕ ਗੱਲ ਆਖ ਦਿੱਤੀ, ਕਹਿੰਦਾ ਖੁਦਾ ਮਹਿਫੂਜ ਰੱਖੇ ਹਰ ਬਸ਼ਰ ਕੋ ਤੰਗ ਦਸਤੀ ਸੀ। ਤੰਗ ਦਸਤੀ ਦਾ ਮਤਲਬ ਹੁੰਦਾ ਗਰੀਬੀ, ਜਿਹਦਾ ਹੱਥ ਤੰਗ ਹੋਵੇ। ਸ਼ਾਇਰ ਕਹਿੰਦਾ ਖੁਦਾ ਮਹਿਫੂਜ ਰੱਖੇ ਹਰ ਬਸ਼ਰ ਕੋ ਤੰਗ ਦਸਤੀ ਸੇ, ਕਿਉਂ? ਕਹਿੰਦਾ ਯੇ ਸਾਥ ਆਪਣੇ ਇੰਤਹਾ ਇਲਜ਼ਾਮ ਲਾਤੇ ਹੈ। ਜਦੋਂ ਕੋਈ ਗਰੀਬ ਪੈਦਾ ਹੁੰਦਾ ਹੈ ਤੇ ਉਹਦੇ ਜਨਮ ਨਾਲ ਹੀ ਅਨੇਕਾਂ ਇਲਜ਼ਾਮ, ਕਿਸੇ ਗੁਆਂਢੀ ਦੇ ਘਰ ਚੋਰੀ ਹੋ ਜਾਏ, ਭਾਵੇਂ ਕਿਸੇ ਬਾਹਰੋਂ ਆਏ ਹੋਏ ਚੋਰ ਨੇ ਕੀਤੀ ਹੋਵੇ, ਪਰ ਮੁਹੱਲੇ ਦੇ ਗਰੀਬ ਪਹਿਲਾਂ ਫੜੇ ਜਾਂਦੇ ਹਨ, ਉਹਨਾਂ ਤੇ ਸ਼ੱਕ, ਇਲਜ਼ਾਮ ਉਹਨਾਂ ਤੇ ਆ ਜਾਂਦੇ। ਇਸੇ ਲਈ ਸ਼ਾਇਰ ਨੇ ਆਖਿਆ ਜੇ ਸਾਥ ਆਪਣੇ ਤਹਾਂ ਇਲਜ਼ਾਮ ਲਾਤੇ ਹੈ। ਤੋ ਗਰੀਬੀ ਇੱਕ ਬੜੀ ਹੀ ਨਾਮੁਰਾਦ ਬਿਮਾਰੀ। ਪਰ ਇੱਕ ਖਿਆਲ ਕਰਿਓ, ਇੱਥੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਗਰੀਬੀ ਸਿਰਫ ਦੌਲਤ ਦੀ ਨਹੀਂ,
गरीबी गुना दी भी हो सकती है, बल्कि संसार अंदर गुना तो ही है तो गरीब मनुख ज्यादा नहीं, वो ज्यादा नहीं, फिर गुना दी अमीरी चाहिए, ते गुना दी अमीरी जड़ी है वो गुरु को मिलती। सतगुरु ने बाणी में आखे तेरे गुण बहुते मैं एक न जाने, सतगुर गुणी निदान है हब गुण तेंडे नानक जी जियो, मैं कुथिए मैं निर्गुण ते क्या हो, गुरु को गुण मिलने ते गुण गरीबी नु दूर कर देने। बाबा कबीर जी ने इसे लिए एक गल अखीर ते आख दिती, कहन लगे कबीर हीरा बन गया मान सरोवर ते, हीरियां दा व्यापारी तो कोई गरीब नहीं ना हो सकता, जिहड़ा हीरियां दा व्यापार बन करदा हो वो समझ लो अमीर है, वो हुण गरीब नहीं। ते गरीब दी हालत सतगुरु ने बाणी विच आख दित्ती, जे को होवे दुबला नंग भुख पीर, दमड़ा पल्ले ना पवे ना को देवे धीर, स्वार्थ स्वाओ ना को करे ना किछ होवे काज। फिर अगले पद विच भी एहो गल बड़े ढंग नाल आखी, कहन लगे जा तो चिंता बहुत बहुत, देही व्यापै रोग ग्रस्त कुटंब, पलेटिया कदे हरख कदे सोग। अगले पासे लफज ने फिर ओहदी हालत की हुंदी है, गौन करे चौकुट कड़ी न बैसे, फिर दिन रात भटकदा है डावांडोर, ओनू कोई सहारा नहीं मिलदा, ओनू पल भर भी कितने चैन नहीं हुंदा, कड़ी ना बैसन पाए। बाबा रामदास जी का अज जन्मदिन है, बाबा रामदास जी का भी एक लफज बड़ा समझा, बाबा रामदास कहते नहीं दारिद देख सब को हसै ऐसी दशा हमारी, ये दुनिया के लोगों मेरी तो हालत यह सी कि मेरे दलिद्र भाव मेरी गरीबी मुफलसी तंग दस्ती देख के मैनू गरीब नेख के लोग हस के कोलो लंघ जाते सन, मेरा कोई सहारा नहीं सी बनता। पर बाबा कबीर जी ने बड़ी खूबसूरत गल इस श्लोक में आखी, कहन लगे ऐसे बेसहारा लोगों सहारा दिंदा गुरु, उन्हां लई थम्मी बनदा है, ते थम्मी की है जो मंदर को थामे थम्मन, ते गुरु का शब्द मने अस्थम्मन। बाबा कबीर जी कहंदे ने आत्मक गुना तो गरीबी विच पटक रहे मनुख नूं गुरु ने थम्मी दित्ती, थम्मी की सी कबीर थूमी पाई थित पही, सतगुर बंधी धीर उन्हें मैनू धीरज दिता, थूनी पाई मैनू सहारा दिता, सतगुर बंधी धीर ते फिर मेरा धीरज नहीं दिता। कहन लगे मैं तेनू गरीबी विच हमेशा नहीं देखना चाहता, तू गुणा विच गरीब ना होवे, इसलिए आ मैं तेनू साध संगत दे मान सरोवर ते लै चलना, उत्थे तू गुणा दे हीरियां दा वणज करें, ते गुना दे हीरियां दा वणज करन वाले कोई गरीब नहीं आखेगा, जिंदे कोल गुण ने उंदे नाल मेरा रब भी प्यार करदा है। सतगुरु ने बाणी विच आख्या कि जिहड़ा जिन्हां कोल गुण है रब प्रभु उन्हां नूं मिलदा है, गुणवंती सहरावेया निर्गुण उके काए, जे गुर थी वे जे गुण थी वे नानका तां भी सौरा बन जाए। इसलिए गुणा दा अमीर बनान वास्ते मेरे सतगुरु ने थूनी पाई, सहारा दिता उस गुणहीन मनुख नूं, ते साध संगत ते लिया के उन्हें गुणा दा मान सरोवर दिखाया, ते आख्या लै इत्थों गुणा दे हीरे बन गए लै फिर तू अमीर होवेगा। सतगुरु ने यह गल बाबा कबीर जी की रचना तो आके कह ली, थूनी पाई कबीर थूनी पाई थित भई
पाई थे तुम्हारी सतगुर बंदी धीरे सतगुर बंदी धीरे तुम्हें पाई थे भाई कबीर हीरा बन जिया कबीर हीरा बन जिया मान सरोवर तीर मान सरोवर तीर थोड़ी पा कबीर थोड़ी पाई थी थोड़ी पाई बाबा कबीर जी दी लड़ी दा आपां अगला शब्द श्लोक अज आरंभिया है गुरु रहमत करन समा ऐसा है सानू कोई ना कोई साधन बना के ऑनलाइन ही सांझ पैदा करनी पैंदी चलो सतगुरु रहमत करे भला समा आवे फिर मिल बैठिए सात संगत दे रूप विच इकत्र हो के गुरबाणी दा रस गुरबाणी दी विचार कर सकिए इन्हां शब्दां नाल खिमां दा जा चखा फतेह बुलाओ वाहिगुरु जी का खालसा वाहिगुरु जी की फतेह।